ਪੇਂਡੂ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰ ਰਹੇ ਹਾਂ। ਮੈਂ ਨਵਦੀਪ ਨਵੀ ਅੱਜ ਪਹੁੰਚਿਆ ਹਾਂ ਗੋਲਡਨ ਸਿਨੇਮਾ ਸਤੂਰਗੜ੍ਹ ਵਿਖੇ, ਜਿੱਥੇ ਕਿ ਸਿਨੇਮੇ ਦੀ ਓਪਨਿੰਗ ਸੈਰੇਮਨੀ ਚੱਲ ਰਹੀ ਹੈ। ਸਿਨੇਮਾ ਸਮਾਜ ਦਾ ਆਇਨਾ ਹੁੰਦਾ ਹੈ ਔਰ ਇਸੇ ਲੜੀ ਤਹਿਤ ਸਤੂਰਗੜ੍ਹ ਦੇ ਲੋਕਾਂ ਨੂੰ ਇਸ ਸਿਨੇਮਾ ਯਾਨੀ ਕਿ ਇੱਕ ਤੋਹਫਾ ਦਿੱਤਾ ਗਿਆ ਹੈ ਸਿਨੇਮੇ ਦੇ ਰੂਪ ਵਿੱਚ। ਆਓ ਇਸ ਸਿਨੇਮੇ ਬਾਰੇ ਜਾਣਦੇ ਹਾਂ ਕਿ ਲੋਕਾਂ ਦੇ ਕੀ ਰਿਵਿਊ ਹਨ ਔਰ ਇਸ ਸਿਨੇਮੇ ਦੀ ਸੈਰੇਮਨੀ ਨੂੰ ਦੇਖਦੇ ਹਾਂ। ਖੁਸ਼ੀ ਹੋ ਰਹੀ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਪਹਿਲਾ ਜਿਹੜਾ 3-screen ਮਲਟੀਪਲੈਕਸ ਸਰਦੂਲਗੜ੍ਹ ਵਿਖੇ ਗੋਲਡਨ ਸਿਨੇਮਾ ਦੇ ਨਾਮ ਨਾਲ ਖੁੱਲ੍ਹਿਆ ਹੈ। ਇਸ ਚੀਜ਼ ਦੀ ਬਹੁਤ ਜ਼ਰੂਰਤ ਸੀ। ਮਾਨਸਾ ਸਿਟੀ ਦਾ, ਮਾਨਸਾ ਡਿਸਟ੍ਰਿਕਟ ਦਾ ਇਹ ਪਹਿਲਾ ਮਲਟੀਪਲੈਕਸ ਹੈ ਅਤੇ ਮੈਂ ਚਾਹੂੰਗੀ ਅਤੇ ਉਮੀਦ ਕਰਦੀ ਹਾਂ ਕਿ ਆਸ ਪਾਸ ਦੇ ਲੋਕ, ਆਸ ਪਾਸ ਦੇ ਸ਼ਹਿਰਾਂ ਦੇ ਲੋਕ ਵੀ ਇੱਥੇ ਆ ਕੇ ਇਹਦਾ ਪੂਰਾ ਫਾਇਦਾ ਉਠਾਉਣਗੇ। ਅਤੇ ਬਹੁਤ ਅੱਛਾ ਬਣਿਆ ਹੋਇਆ ਹੈ, ਪੂਰੀਆਂ ਫੈਸਿਲਿਟੀਜ਼ ਪੂਰੀਆਂ ਜਿੱਦਾਂ ਦੀਆਂ ਸਾਨੂੰ ਵੱਡੇ ਸ਼ਹਿਰਾਂ ਦੇ ਵਿੱਚ ਮਿਲਦੀਆਂ ਨੇ ਉਸ ਤਰ੍ਹਾਂ ਦੀਆਂ ਫੈਸਿਲਿਟੀਜ਼ ਨੇ। ਅਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਬਹੁਤ ਅੱਛਾ ਚੱਲੇਗਾ ਅਤੇ ਇੱਦਾਂ ਦੇ ਹੋਰ ਇਸਟੈਬਲਿਸ਼ਮੈਂਟ, ਇੱਦਾਂ ਦੇ ਹੋਰ ਵਧੀਆ ਚੀਜ਼ਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਆਉਣਗੀਆਂ ਅਤੇ ਮੈਂ ਸਾਰਿਆਂ ਨੂੰ ਇਹਦੇ ਬਾਰੇ ਸ਼ੁਭਕਾਮਨਾਵਾਂ ਦਿੰਦੀ ਹਾਂ। ਸਰ, ਜੋ ਇੱਥੇ ਲੋਕਲ ਸ਼ਹਿਰ ਵਾਸੀਆਂ ਨੂੰ ਇਹ ਦਿਵਾਲੀ ਦਾ ਇੱਕ ਤੋਹਫਾ ਕਹਿ ਸਕਦੇ ਮਿਲਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਮਹਿਸੂਸ ਕਰਦਾ ਵੀ ਜਿਵੇਂ ਆਮ ਆਪਾਂ ਕਹਿੰਦੇ ਵੀ ਮਾਨਸਾ ਸ਼ਹਿਰ ਪਛੜਿਆ, ਉਸ ਤੋਂ ਅੱਗੇ ਸਤੂਰਗੜ੍ਹ ਬਾਰਡਰ 'ਤੇ ਅਸੀਂ ਵੀ ਅਸੀਂ ਹੁਣ ਮਤਲਬ ਪੰਜਾਬ ਦੇ ਮੈਪ 'ਤੇ ਹਾਂ ਅਤੇ ਲੋਕਾਂ ਨੂੰ ਇੱਕ ਬਹੁਤ ਵੱਡੀ ਮਨੋਰੰਜਨ ਦੀ ਸਹੂਲਤ ਮਿਲੀ ਹੈ ਅਤੇ ਲੋਕਾਂ ਨੂੰ ਦੂਰ ਦੁਰਾਡੇ ਨਹੀਂ ਜਾਣਾ ਪਏਗਾ ਅਤੇ ਉਹਦੇ ਨਾਲ ਸਾਡਾ ਵੀ ਸਬ ਡਿਵੀਜ਼ਨ ਦੀ ਪਹਿਚਾਣ ਵਧੀ ਹੈ ਅਤੇ ਜ਼ਿਲ੍ਹੇ ਦੀ ਵੀ ਪਹਿਚਾਣ ਵਧੀ ਹੈ। ਦੇਖੋ ਜੀ, ਇਹ ਬਹੁਤ ਵੱਡੀ ਗੱਲ ਹੈ, ਬੜਾ ਵੱਡਾ ਪ੍ਰੋਜੈਕਟ ਹੈ। ਅਸੀਂ ਐਕਸਪੈਕਟ ਨਹੀਂ ਸੀ ਕਰ ਸਕਦੇ, ਪਰ ਇਹ ਬੜੀ ਵੱਡੀ ਹਿੰਮਤ ਹੈ ਇਸ ਪਾਰਟੀ ਦੀ ਜਿਨ੍ਹਾਂ ਨੇ ਗੋਲਡਨ ਸਿਨੇਮਾਜ਼ ਦਾ ਬਣਾਇਆ ਐਂਡ ਇਟ ਇਜ਼ ਦਾ ਲੇਟੈਸਟ ਵਨ, ਬਿਲਕੁਲ ਲੇਟੈਸਟ ਪੇਟਰਨ। ਚਾਹੇ ਤੁਸੀਂ ਮੈਟਰੋਪੋਲੀਟਨ ਸਿਟੀ ਚਲੇ ਜਾਓ, ਕਿਤੇ ਜਾਓ, ਯੂ ਵਿਲ ਸੀ ਦਾ ਸੇਮ ਥਿੰਗ। ਅਤੇ ਸਾਨੂੰ ਤਾਂ ਬੜੀ ਖੁਸ਼ੀ ਹੋਈ ਹੈ ਕਿਉਂਕਿ ਇੱਕ ਇਹ ਜਿਹੜਾ ਜਿੰਨਾ ਏਰੀਆ ਪਛੜਿਆ ਹੋਇਆ, ਇੱਕ ਇਹ ਇਕੱਲਾ ਐਂਟਰਟੇਨਮੈਂਟ ਦਾ ਸਾਧਨ ਨਹੀਂ ਹੈਗਾ, ਇਹ ਇਟ ਇਜ਼ ਅ ਪੁਸ਼ ਫੋਰ ਦਾ ਯੂਥ ਕਿ ਵੀ ਆਪਾਂ ਕੁਛ ਐਕਟੀਵਿਟੀ ਜਾਈਏ, ਸਪੋਰਟਸ 'ਚ ਜਾਈਏ, ਐਂਟਰਟੇਨਮੈਂਟ ਇਜ਼ ਦੇਅਰ। ਮੈਡਮ ਹੁੰਡੀ ਸੀ ਆ ਗਏ, ਅਸੀਂ ਸਕੇਟਿੰਗ ਦਾ ਕਰਵਾ ਰਹੇ ਹੁਣ ਮਾਨਸਾ 'ਚ, ਆਪਾਂ ਬਹੁਤ ਵਧੀਆ ਸਕੇਟਿੰਗ ਟਰੈਕ ਬਣਾ ਰਹੇ ਹਾਂ ਜਿੱਥੇ ਕਿ ਬੱਚੇ ਸਾਰੇ ਜ਼ਿਲ੍ਹਾ ਮਾਨਸਾ ਦੇ ਆ ਕੇ ਉਹ ਕਰ ਸਕਦੇ ਆ ਔਰ ਇਹਦੇ ਨਾਲ ਹੀ ਹੋਰ ਸਪੋਰਟਸ ਵੀ ਇੰਕਲੂਡ ਹੋ ਜਾਣਗੇ। ਸੋ ਇਹ ਤੋਹਫਾ ਕਹਿ ਲਓ, ਕੁਛ ਵੀ ਕਹਿ ਲਓ, ਬਟ ਆਈ ਰੀਅਲੀ ਕੋਂਗਰੈਚੁਲੇਟ ਆਲ ਦੀ ਪੀਪਲ ਹੂ ਹੈਵ ਡਨ ਇਟ ਅਲੋਂਗ ਵਿਦ ਹੋਲ ਪੀਪਲ ਆਫ ਦਿਸ ਏਰੀਆ। ਬਹੁਤ ਖੁਸ਼ੀ ਹੋਈ ਹੈ ਅਤੇ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਵਧਾਈ ਪ੍ਰੈਸ ਵਾਲਿਆਂ ਨੂੰ। ਥੈਂਕ ਯੂ ਸਰ। ਇਹ ਗੋਲਡਨ ਸਿਨੇਮਾ ਸਰਦੂਲਗੜ੍ਹ ਦੇ ਓਨਰ
ਰਾਜ ਅਰੋੜਾ ਜੀ, ਆਓ ਇਹਨਾਂ ਤੋਂ ਜਾਣਦੇ ਹਾਂ ਕਿ ਇਸ ਸਿਨੇਮੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਹਨ। ਹਾਂਜੀ, ਇਹ ਸਿਨੇਮਾ ਜੋ ਪਹਿਲੇ ਸਿਰਸਾ ਆਪਣੇ ਜੋ ਨੇੜੇ ਸ਼ਹਿਰ ਲੱਗਦਾ ਹੈ ਉੱਥੇ ਜਾਣਾ ਪੈਂਦਾ ਹੈ ਦਰਸ਼ਕਾਂ ਨੂੰ, ਹੁਣ ਇੱਥੇ ਲੋਕਲ ਸੁਵਿਧਾ ਮਿਲੀ ਹੈ, ਇਸ ਸਿਨੇਮੇ ਬਾਰੇ ਕੁਝ ਦੱਸੋ ਜੀ। ਇਸ ਇਲਾਕੇ ਦੇ ਲੋਕ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ, ਯੂਥ ਬਹੁਤ ਜ਼ਿਆਦਾ ਅੱਗੇ ਹੈ, ਅਤੇ ਉਹ ਹਰ ਬੰਦਾ ਚਾਹੁੰਦਾ ਵੀ ਅਸੀਂ ਵੀਕਐਂਡ 'ਤੇ ਇੰਜੋਏ ਕਰੀਏ। ਸਾਨੂੰ ਇੰਜੋਏ ਕਰਨ ਵਾਸਤੇ ਪਹਿਲਾਂ ਸਿਰਸਾ ਜਿਹੜਾ ਇੱਥੋਂ ਲਗਭਗ 40 ਕਿਲੋਮੀਟਰ ਪੈਂਦਾ ਜਾਣਾ ਪੈਂਦਾ ਸੀ, ਜਿਹਦੇ ਵਾਸਤੇ ਸਾਡਾ ਟਾਈਮ ਵੀ ਖਰਾਬ ਹੁੰਦਾ ਸੀਗਾ, ਔਰ ਜੇਕਰ ਅਸੀਂ ਲੇਟ ਨਾਈਟ ਜਾਂਦੇ ਸੀ ਸਾਨੂੰ ਬੜੀ ਦਿੱਕਤ ਸੀਗੀ। ਸੋ ਇਹ ਸਾਰੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ, ਔਰ ਦੂਸਰਾ ਮਾਨਸਾ ਡਿਸਟ੍ਰਿਕਟ ਇਸ ਵੇਲੇ ਬਹੁਤ ਜ਼ਿਆਦਾ ਡਿਵੈਲਪ ਹੈ, ਉਹ ਤਰ੍ਹਾਂ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਦੇ ਵਿੱਚ ਮਾਨਸਾ ਡਿਸਟ੍ਰਿਕਟ ਦਾ ਨਾਮ ਬਹੁਤ ਅੱਗੇ ਜਾ ਰਿਹਾ ਹੈ। ਉਹਦੇ ਵਿੱਚ ਅਸੀਂ ਇੱਕ ਨਵੀਂ ਕੜੀ ਐਡ ਕੀਤੀ ਹੈ, ਇਹ ਜ਼ਿਲ੍ਹੇ ਮਾਨਸਾ ਦਾ ਪਹਿਲਾ ਮਲਟੀਪਲੈਕਸ ਹੈ ਜੋ ਸਰਦੂਲਗੜ੍ਹ ਵਿੱਚ ਬਣਾਇਆ ਗਿਆ ਹੈ ਸਾਰੇ ਪ੍ਰਸ਼ਾਸਨ ਦੇ ਸਹਿਯੋਗ ਨਾਲ, ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਮਤਲਬ ਦਰਸ਼ਕ ਚਾਹੁੰਦਾ ਹੈ ਕਿ ਸਾਨੂੰ ਵਧੀਆ ਫਿਲਮ ਮਿਲੇ, ਵਧੀਆ ਸਾਨੂੰ ਸਾਊਂਡ ਕੁਆਲਿਟੀ ਮਿਲੇ, ਵਧੀਆ ਮਾਹੌਲ ਮਿਲੇ, ਵਧੀਆ ਗ੍ਰੀਨਰੀ ਮਿਲੇ, ਉਹ ਅਸੀਂ ਸਾਰਾ ਇੱਕ ਕੋਸ਼ਿਸ਼ ਕੀਤੀ ਹੈ ਉਸ ਦੇ ਉੱਪਰ ਖਰੇ ਉਤਰਨ ਦੀ। ਬਾਕੀ ਜੋ ਰਿਜ਼ਲਟ ਹੈ ਉਹ ਪਬਲਿਕ ਨੇ ਕੱਢਣਾ ਵੀ ਅਸੀਂ ਕੀ ਕੀਤਾ ਹੈ ਜਾਂ ਕੀ ਕਰਨਾ ਚਾਹੁੰਦੇ ਸੀ, ਔਰ ਅਸੀਂ ਸਭ ਨੂੰ ਵਾਅਦਾ ਕਰਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਇਹਨੂੰ ਚਲਾਵਾਂਗੇ ਅਸੀਂ ਮਤਲਬ ਹਰ 6 ਮਹੀਨੇ ਬਾਅਦ, ਸਾਲ ਬਾਅਦ ਜਾਂ 3 ਮਹੀਨੇ ਬਾਅਦ ਕੋਈ ਨਾ ਕੋਈ ਚੇਂਜਿਸ ਕਰਦੇ ਰਹਾਂਗੇ, ਤਾਂ ਕਿ ਲੋਕਾਂ ਦਾ, ਬੱਚਿਆਂ ਦਾ ਇੰਟਰਸਟ ਬੇਸਿਕਲੀ ਬਣਿਆ ਰਹੇ। ਦੂਸਰਾ ਜੋ ਅਸੀਂ ਕੀਤਾ, ਫੈਮਲੀ ਵਾਸਤੇ ਅਸੀਂ ਇੱਕ ਸਪੈਸ਼ਲ ਸ਼ੋਅ ਦਾ ਇੰਤਜ਼ਾਮ ਕਰਨ ਜਾ ਰਹੇ ਹਾਂ ਜੋ ਫਿਊਚਰ ਵਿੱਚ ਅਸੀਂ ਅਨਾਊਂਸ ਕਰਾਂਗੇ, ਜਿਹਦੇ ਵਿੱਚ ਫੈਮਲੀ ਆ ਸਕਦੀਆਂ ਨੇ, ਔਰ ਅਸੀਂ ਇੱਥੇ ਇੱਦਾਂ ਦਾ ਮਾਹੌਲ ਕ੍ਰੀਏਟ ਕਰਾਂਗੇ ਤਾਂ ਕਿ ਕਿਸੇ ਵੀ ਗੁੜੀਆ ਨੂੰ ਜਾਂ ਲੇਡੀਜ਼ ਨੂੰ ਇੱਥੇ ਕੋਈ ਮਤਲਬ ਆਉਣ 'ਚ ਹੈਜੀਟੇਸ਼ਨ ਨਾ ਹੋਵੇ। ਸਾਡਾ ਜਿਹੜਾ ਸਰਦੂਲਗੜ੍ਹ ਹੈ ਇੱਥੇ ਬਿਜ਼ਨਸ ਅੱਜ ਕੱਲ੍ਹ ਬਹੁਤ ਵਧੀਆ ਹੈ, ਪ੍ਰਸ਼ਾਸਨ ਸਾਡਾ ਬਹੁਤ ਵਧੀਆ ਹੈ, ਆਲੇ ਦੁਆਲੇ ਸਾਡੇ ਮਾਹੌਲ ਬਹੁਤ ਵਧੀਆ ਹੈ, ਉਹਦੇ ਮੁੱਖ ਰੱਖਦੇ ਅਸੀਂ ਇਸ ਸਰਦੂਲੇ ਵਾਲਾ ਤੋਂ ਰੋੜੀ ਰੋਡ ਦੇ ਉੱਪਰ ਅਸੀਂ ਇਹ ਸਿਨੇਮਾ ਬਣਾਇਆ ਹੈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਇਸ ਸਿਨੇਮਾ ਬਹੁਤ ਪਸੰਦ ਆਏਗਾ। ਸੋ ਤੁਸੀਂ ਜੋ ਸਿਰਸਾ ਆਲਰੇਡੀ ਜੋ ਦਰਸ਼ਕ ਹੈ ਸਾਡੇ ਆਲਮੋਸਟ ਸਿਰਸਾ ਜਾਂਦੇ ਸੀ, ਉਸ ਨਾਲੋਂ ਇੱਥੇ ਸਿਨੇਮੇ 'ਚ ਕੀ ਵੱਖਰਾ ਦੇਣਾ ਚਾਹੁੰਦੇ ਹੋ? ਉਸ ਨਾਲੋਂ ਅਸੀਂ ਕੋਸ਼ਿਸ਼ ਕੀਤੀ ਹੈ, ਸਾਊਂਡ ਸਾਡਾ ਉਹਨਾਂ ਨਾਲੋਂ ਮੱਚ ਬੈਟਰ ਹੈ, ਅਸੀਂ JBL ਕੰਪਨੀ ਦਾ ਸਾਊਂਡ ਲਾਇਆ, ਸਾਡੀ ਜੋ ਸਿਟਿੰਗ ਹੈ ਉਹ ਅਸੀਂ ਉਹਨਾਂ ਨਾਲੋਂ ਵਧੀਆ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਜੋ ਸਾਡਾ ਅੰਦਰ ਦਾ ਇੰਟੀਰੀਅਰ ਹੈ ਉਹ ਅੱਜ ਜਿਹੜਾ ਸਿਰਸਾ ਸਿਨੇਮਾ ਸੀ ਅੱਜ ਤੋਂ 12 ਸਾਲ ਪਹਿਲਾਂ ਦਾ ਬਣਿਆ ਹੋਇਆ ਸੀ, ਜੋ ਅੱਜ 12 ਸਾਲਾਂ ਦੇ ਵਿੱਚ ਤੁਸੀਂ ਆਪ ਸਮਝਦਾਰ ਹੋ ਬਹੁਤ ਕੁਝ ਚੇਂਜ ਹੋ ਜਾਂਦਾ, ਤਾਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨੂੰ ਨਵੇਂ ਵਰਜ਼ਨ ਦੇ ਨਾਲ ਸਟਾਰਟ ਵਿੱਚ ਕਿੰਨੀਆਂ ਆਡੀਆਂ ਹਨ ਔਰ ਕਿੰਨੇ ਪ੍ਰਕਾਰ ਦੀਆਂ ਸੀਟਾਂ ਹਨ, ਕਿੰਨੀਆਂ ਸੀਟਾਂ, ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਇਹਦੇ ਵਿੱਚ ਅਸੀਂ 3 ਆਡੀਆਂ ਬਣਾਈਆਂ, ਜਿਹੜੀ ਆਡੀ ਨੰਬਰ 1 196 ਦੀ ਹੈ, ਜਿਹੜੀ ਆਡੀ ਨੰਬਰ 2 ਹੈ ਉਹ 151 ਦੀ ਹੈ, ਔਰ ਜਿਹੜੀ ਆਡੀ 3 ਹੈ ਕੰਪੈਕਟ ਆਡੀ ਬਣਾਈ ਹੈ ਛੋਟੀ ਜਿਹੜੀ, ਸੋ 96 ਦੀ ਹੈ ਜੀ। ਇਹਨਾਂ 3 ਆਡੀਆਂ ਦੇ ਵਿੱਚ ਅਸੀਂ 4 ਤਰ੍ਹਾਂ ਦੀਆਂ ਕਲਾਸਾਂ ਰੱਖੀਆਂ ਨੇ, ਪਹਿਲੀ ਕਲਾਸ ਸਿਲਵਰ ਹੈ, ਦੂਸਰੀ ਗੋਲਡ ਹੈ, ਤੀਸਰੀ ਰੋਇਲ ਕਲਾਸ ਹੈ, ਚੌਥੀ ਪਲੈਟੀਨਮ ਕਲਾਸ ਹੈ। ਪਲੈਟੀਨਮ ਕਲਾਸ ਅਸੀਂ ਉਹਨਾਂ ਫੈਮਲੀ ਮੈਂਬਰਾਂ ਵਾਸਤੇ ਬਣਾਈ ਹੈ ਜਿਨ੍ਹਾਂ ਦੀ ਫੈਮਲੀ ਦੇ ਵਿੱਚ 10 ਜਾਂ 10 ਤੋਂ ਜ਼ਿਆਦਾ ਮੈਂਬਰ ਨੇ। ਪਲੈਟੀਨਮ ਕਲਾਸ ਦੇ ਵਿੱਚ ਉਹ ਪਰਿਵਾਰ ਇਕੱਠਾ ਬੈਠ ਕੇ ਆਪਦਾ ਇੰਜੋਇਮੈਂਟ ਕਰ ਸਕਦਾ, ਇੱਕ ਫੈਮਲੀ ਦਾ ਮਾਹੌਲ ਅਸੀਂ ਉੱਥੇ ਕ੍ਰੀਏਟ ਕੀਤਾ ਹੈ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਅਸੀਂ ਸਿਨੇਮੇ 'ਚ ਬੈਠੇ, ਅਸੀਂ ਘਰ ਬੈਠੇ ਮੂਵੀ ਦੇਖ ਰਹੇ ਹਾਂ, ਅਸੀਂ ਉਹ 'ਚ ਪਲਾਨ ਕੀਤਾ ਹੋਇਆ। ਔਰ ਜਿਹੜੇ ਰੇਟਸ ਨੇ, ਰੇਟਸ ਵੀ ਜਿਹੜੇ ਬਾਕੀ ਪੰਜਾਬ ਦੇ ਜਾਂ ਆਲ ਇੰਡੀਆ ਦੇ ਰੇਟਸ ਨੇ ਲਗਭਗ ਉਹਨਾਂ ਦੇ ਬਰਾਬਰ ਹੀ ਨੇ। ਔਰ ਸਰਸੇ ਨਾਲੋਂ ਤੁਸੀਂ ਕਿੰਨਾ ਕੁ ਡਿਫਰੈਂਸ ਰੱਖਦੇ ਹੋ ਪ੍ਰਾਈਸ ਦਾ, ਕਿ ਉਸ ਨਾਲ ਉਹ ਘੱਟ ਹੋਏਗਾ ਪ੍ਰਾਈਸ ਜਾਂ ਉਸ ਇਕੁਅਲ ਹੋਏਗਾ? ਆਲਮੋਸਟ ਪੈਨ ਇੰਡੀਆ GST ਲੱਗਣ ਤੋਂ ਬਾਅਦ ਰੇਟ ਸੇਮ ਨੇ, ਚਾਹੇ ਉਹ ਸਰਸਾ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਉਹ ਚੰਡੀਗੜ੍ਹ ਹੈ, ਚਾਹੇ ਉਹ ਬੰਬੇ ਹੈ, ਤਾਂ ਸੇਮ ਪੈਟਰਨ 'ਤੇ ਰੇਟ ਅਸੀਂ ਰੱਖੇ ਹੋਏ ਹਾਂ। ਹੋਰ ਕੋਈ, ਤੁਸੀਂ ਦੀਵਾਲੀ ਨੇੜੇ ਆ ਰਹੀ ਹੈ ਉਹਦੇ 'ਤੇ ਕੋਈ ਮੈਂਬਰਸ਼ਿਪ ਜਾਂ ਕੋਈ ਹੋਰ ਡਿਸਕਾਊਂਟ ਵਗੈਰਾ ਦੇ ਰਹੇ ਹੋ ਟਿਕਟਾਂ 'ਤੇ? ਹਾਂ, ਅੱਜ ਅਸੀਂ ਓਪਨਿੰਗ ਦੇ ਉੱਪਰ ਸਿਰਫ 1 ਦਿਨ ਦੀ ਸਕੀਮ ਦਿੱਤੀ ਹੋਈ ਹੈ, 1100 ਰੁਪਏ ਦੇ ਵਿੱਚ ਅਸੀਂ 11 ਟਿਕਟਾਂ ਫਰੀ ਦੇ ਰਹੇ ਹਾਂ, ਜਿਹਦੇ ਵਿੱਚ 2 ਰੋਇਲ ਕਲਾਸ ਦੀਆਂ ਹਨ, 2 ਗੋਲਡ ਦੀਆਂ ਹਨ ਅਤੇ 7 ਸਿਲਵਰ ਦੀਆਂ ਹਨ, ਔਰ 11 ਵਾਰ ਕਸਟਮਰ ਦੀ ਪਾਰਕਿੰਗ ਫਰੀ ਹੈ, 5 ਉਹਨੂੰ ਪੌਪਕੌਰਨ ਦੇ ਕੂਪਨ ਫਰੀ ਨੇ, ਤੋ ਔਰ ਬਾਕੀ 4 ਰਿਟੇਲਰਸ ਦੇ ਨਾਲ ਸਾਡਾ ਟਾਈ ਅਪ ਹੋਇਆ, ਉਸ ਕਾਰਡ ਦੇ ਥਰੂ ਜੇਕਰ ਸਾਡੇ ਕੋਲ ਕਾਰਡ ਲੈ ਕੇ ਉਸ ਦੁਕਾਨ 'ਤੇ ਸ਼ੋਪਿੰਗ ਕਰਨਗੇ ਤਾਂ ਉਹਨਾਂ ਨੂੰ 5% ਦਾ ਡਿਸਕਾਊਂਟ ਵੀ ਦਿੱਤਾ ਜਾਏਗਾ। ਉਹ ਡਿਫਰੈਂਟ ਡਿਫਰੈਂਟ ਕਲੋਜ਼ ਨੇ, ਇੱਕ 'ਤੇ 5000 ਰੁਪਏ ਦੀ ਸ਼ੋਪਿੰਗ ਹੈ, ਇੱਕ 'ਤੇ 25000 ਰੁਪਏ ਦੀ ਹੈ, ਇੱਕ 'ਤੇ 2500 ਦੀ ਹੈ।
ਅਕੋਰਡਿੰਗ ਟੂ ਸ਼ੌਪ। ਇਸ ਤੋਂ ਇਲਾਵਾ ਦੀਵਾਲੀ 'ਤੇ ਕੋਈ ਤੋਹਫਾ ਦੇਣਾ ਚਾਹੋ ਤੁਹਾਡੇ ਦਰਸ਼ਕਾਂ ਨੂੰ ਕੁਝ? ਦੀਵਾਲੀ 'ਤੇ ਸਰ ਮੈਂ ਸਾਰੇ ਦਰਸ਼ਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹਾਂਗਾ ਕਿ 7 ਤਰੀਕ ਨੂੰ ਬਹੁਤ ਵੱਡੀ ਫਿਲਮ ਅਮੀਰ ਖਾਨ ਔਰ ਅਮਿਤਾਭ ਬੱਚਨ ਦੀ ਆ ਰਹੀ ਹੈ, ਠੱਗਸ ਔਫ ਹਿੰਦੁਸਤਾਨ। ਬਹੁਤ ਵੱਡੇ ਬਜਟ ਦੀ ਮੂਵੀ ਹੈ ਔਰ ਪੂਰੇ ਸਿਨੇਮਾ ਓਨਰ ਨੇ ਉਸ ਮੂਵੀ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਬਹੁਤ ਹੀ ਵੱਡੀ ਮੂਵੀ ਆ। ਔਰ ਅੱਜ ਜਿੱਦਾਂ ਤੁਹਾਡੇ ਓਪਨਿੰਗ ਹੋ ਰਹੀ ਹੈ ਇੱਥੇ ਸਿਨੇਮਾ ਦੀ, ਮੂਵੀਜ਼ ਕਦੋਂ ਤੋਂ ਸਟਾਰਟ, ਅੱਜ ਤੋਂ ਹੀ ਸਟਾਰਟ ਕਰ ਰਹੇ ਹੋ ਜਾਂ ਫਿਰ ਆਉਣ ਵਾਲੇ ਟਾਈਮ 'ਚ ਕਰੋ? ਨਹੀਂ, ਅੱਜ ਤੋਂ ਅਸੀਂ ਮੂਵੀ ਸਟਾਰਟ ਨਹੀਂ ਕਰ ਰਹੇ ਕਿਉਂਕਿ ਅੱਜ ਜਿੰਨੇ ਵੀ ਅਸੀਂ ਗੈਸਟ ਬੁਲਾਏ ਆ ਉਹ ਸਾਰੇ ਇਨਵਾਈਟਡ ਨੇ ਔਰ ਇਹ ਬਿਲਕੁਲ ਵੀ ਅੱਛਾ ਨਹੀਂ ਲੱਗਦਾ ਕਿ ਮੈਂ ਗੈਸਟ ਨੂੰ ਇਨਵਾਈਟ ਕਰਕੇ ਉਹਨਾਂ ਨੂੰ ਕਹਾਂ 120 ਰੁਪਏ ਮੈਨੂੰ ਟਿਕਟ ਦੇ ਦਿਓ। ਸਰ ਇਸ ਕਰਕੇ ਅੱਜ ਅਸੀਂ ਸਿਰਫ ਉਹਨਾਂ ਨੂੰ ਆਡੀ ਦਿਖਾ ਰਹੇ ਹਾਂ, ਟ੍ਰੇਲਰ ਚੱਲ ਰਹੇ ਨੇ। ਜੋ ਲਾਈਵ ਅਸੀਂ ਇਹਨੂੰ ਕਮਰਸ਼ੀਅਲ ਕਰਨਾ ਉਹ ਕਮਰਸ਼ੀਅਲ ਕੱਲ੍ਹ ਤੋਂ ਹੈ। ਪਹਿਲਾ ਜਿਹੜਾ ਸ਼ੋਅ ਆ 9 ਵਜੇ ਦਾ, 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ 15 ਸ਼ੋਅ ਚੱਲਣੇ ਆ 3 ਆਡੀਆਂ ਦੇ ਵਿੱਚ, ਜਿਹਦੇ ਵਿੱਚ ਅਸੀਂ 2 ਪੰਜਾਬੀ ਮੂਵੀਆਂ, 1 ਰਾਂਝਾ ਰਫਿਊਜੀ ਔਰ 1 ਆਟੇ ਦੀ ਚਿੜੀ, 3 ਕਮੇਡੀ ਮੂਵੀ ਹੈ ਬਧਾਈ ਹੋ, ਇਹ 3 ਮੂਵੀਆਂ ਅਸੀਂ ਲਾ ਰਹੇ ਹਾਂ ਔਰ ਇਹਨਾਂ 3 ਮੂਵੀਆਂ ਦੇ 5-5 ਸ਼ੋਅ ਹਨ। ਜੋ ਅੱਜ ਸਰੂਗੜ ਨਿਵਾਸੀਆਂ ਨੂੰ ਇੱਕ ਤੋਹਫਾ ਦਿੱਤਾ ਗਿਆ ਸਿਨੇਮੇ ਦੇ ਰੂਪ ਵਿੱਚ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਉਪਰਾਲਾ ਇਹਨਾਂ ਦਾ ਅਤੇ ਮੈਂ ਅਰਦਾਸ ਕਰਦਾ ਪਰਮਾਤਮਾ ਨੂੰ ਬਹੁਤ ਕਾਮਯਾਬੀ ਹੋਵੇ। ਇਸ ਇਲਾਕੇ ਵਾਸਤੇ ਵੀ ਇੱਕ ਚੰਗਾ ਮਨੋਰੰਜਨ ਦਾ ਸਾਧਨ ਹੈ, ਜਿੱਥੇ ਕਿਤੇ ਵੀ ਕਿਸੇ ਨੇ ਜਾਣਾ ਸੀ, ਅਕਸਰ ਨੂੰ ਆਪਣੇ ਸਮਾਜ 'ਚ ਇਸ ਚੀਜ਼ ਦੀ ਲੋੜ ਹੈਗੀ, ਜਾਂ ਕਿਤੇ ਸਰਸੇ ਜਾਣਾ ਪੈਂਦਾ ਸੀ ਜਾਂ ਬਠਿੰਡੇ ਤੋਂ ਨੇੜੇ ਤੇੜੇ ਕਿਤੇ ਹੈ ਨਹੀਂ ਸੀ। ਇਸ ਇਲਾਕੇ 'ਚ ਆਉਣਾ ਇੱਕ ਮੈਂ ਇਹੀ ਕਹੂੰਗਾ ਵੀ ਕ੍ਰਾਂਤੀ ਵਾਲੇ ਤੌਰ 'ਤੇ ਹੀ ਹੈਗੇ, ਰੈਵੋਲੂਸ਼ਨ ਹੈ। ਜਿੱਥੇ ਐਂਟਰਟੇਨਮੈਂਟ ਹੈ ਉੱਥੇ ਲਰਨਿੰਗ ਇੰਡਸਟਰੀਜ਼ ਹੈ, ਇਹਦੇ 'ਚੋਂ ਹਰ ਬੰਦਾ ਆਪਾਂ ਚੀਜ਼ ਦੀਆਂ ਜਿਹੜੀਆਂ ਲੇਟੈਸਟ ਚੀਜ਼ਾਂ ਚੱਲਦੀਆਂ ਉਹਦੇ ਨਾਲ ਅਪਡੇਟ ਵੀ ਹੋ ਜਾਂਦੇ ਅਤੇ ਉਹਦੇ ਨਾਲ, ਅਤੇ ਇਲਾਕਾ ਨਿਵਾਸੀਆਂ ਨੂੰ ਮੈਂ ਇਹੀ ਕਰੂੰਗਾ ਯਾਰ, ਬਹੁਤ ਵਧੀਆ ਚੀਜ਼ ਬਣੀ ਹੈ, ਆਪਣਾ ਸਾਰਿਆਂ ਦਾ ਸਾਥ ਇਹ ਹੋਵੇ ਵੀ ਆਪਾਂ ਇੱਥੇ ਗੰਦ ਨਾ ਪਾਈਏ, ਅੱਜ ਜਿੱਡਾ ਸੋਹਣਾ ਲੱਗ ਰਿਹਾ ਉਹਨਾਂ ਕੁ ਸੋਹਣਾ ਮੇਨਟੇਨ ਕਰ ਲਈਏ, ਇਹ ਮੇਰੀ ਪਰਸਨਲ ਸਾਰਿਆਂ ਨੂੰ ਹੈਗੀ ਆ। ਤਾਂ ਕਿ ਵਧੀਆ ਚੱਲੇ ਇਹਨਾਂ ਦਾ, ਜੇ ਕਾਰੋਬਾਰ ਚੱਲੂ ਇਸ ਤਰ੍ਹਾਂ ਦੇ ਕਾਰੋਬਾਰ ਹੋਰ ਵਧਣਗੇ ਤਾਂ ਇਸ ਇਲਾਕੇ ਦੀ ਡਿਵੈਲਪਮੈਂਟ। ਸਰਦੂਲਗੜ੍ਹ ਦੇ MLA ਸਰਦਾਰ ਦਰਾਜ ਸਿੰਘ ਭੁੰਦੜ ਸਾਹਿਬ, ਜਿਨ੍ਹਾਂ ਨੇ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਕਿ ਅਸੀਂ ਇੱਥੇ ਗੰਦ ਨਹੀਂ ਪਾਉਣਾ, ਇਸ ਆਪਣੇ ਸਿਨੇਮੇ ਨੂੰ ਸਾਫ਼ ਸੁਥਰਾ ਰੱਖਣਾ ਹੈ। ਥੋੜ੍ਹੀ ਦੂਰ ਸਿਰਸਾ ਵਿਖੇ ਜਾਂਦੇ ਸੀ ਮੂਵੀ ਦੇਖਣ ਲਈ, ਹੁਣ ਆਪਾਂ ਨੂੰ ਇਹ ਲੋਕਲ ਸਹੂਲਤ ਮਿਲੀ ਹੈ, ਇਸ ਬਾਰੇ ਕੁਛ ਕਹਿਣਾ ਚਾਹੋ? ਸਰ ਜੀ, ਇਹ ਸਾਡੇ ਤਾਂ ਸੂਟ ਦੀ ਬਹੁਤ ਵੱਡੀ ਸ਼ਾਨ ਆ ਜਿਹੜਾ ਸਾਨੂੰ ਸਾਡੇ ਲਈ ਇਹ ਖੁੱਲ੍ਹਿਆ ਹੈਗਾ। ਬਾਕੀ ਸਰਸੇ ਤੇਲ ਮਚਾ ਕੇ ਜਾਂਦੇ ਸੀ, ਬਠਿੰਡੇ ਜਾਂਦੇ ਸੀਗੇ ਜੀ, ਉਹਦੇ ਲਈ ਸਾਨੂੰ ਇਹ ਬੜਾ ਬੈਨੀਫਿਟ ਮਿਲਿਆ ਜਿਹੜਾ ਇਹ ਖੁੱਲ੍ਹਿਆ ਉਰੇ। ਤਾਂ ਮੈਂ ਤਾਂ ਬੜੀ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਹ ਰਾਜੂ ਹੋਰਾਂ ਨੇ ਕੀਤਾ ਇੰਨਾ ਵਧੀਆ ਉਤਸ਼ਾਹ, ਅਤੇ ਸਾਡੇ ਸੂਗੜ ਕੀ ਡਿਸਟ੍ਰਿਕਟ ਮਾਨਸਾ ਦੀ ਸ਼ਾਨ ਬਣ ਗਈ ਤਾਂ ਇੱਕ ਜੀ, ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ। ਕਿੰਨੀ ਕੁ ਸਹੂਲਤ ਤੁਸੀਂ ਸਮਝਦੇ ਹੋ ਕਿ ਇੱਥੇ ਲੋਕਲ ਸਿਨੇਮਾ ਖੁੱਲ੍ਹਣ ਨਾਲ ਕਿੰਨੀ ਕੁ ਸਹੂਲਤ ਹੋਈ ਹੈ? ਕਾਫੀ ਸਹੂਲਤ ਹੋਈ ਹੈ ਜੀ, ਜਾਣ ਆਉਣ ਦਾ ਟਾਈਮ ਬਚ ਗਿਆ ਜੀ, ਨਵੀਂ ਮੂਵੀ ਬੱਚੇ ਅੱਜ ਕੱਲ੍ਹ ਦੇਖਦੇ ਆ ਜੀ, ਪੰਜਾਬੀ ਮੂਵੀ ਦਿਖਾਉਣ ਲਈ ਸਾਨੂੰ ਸਰਸਾ ਜਾਣਾ ਪੈਂਦਾ ਸੀ ਜਾਂ ਬਠਿੰਡੇ, ਤਾਂ ਉਹਦੇ ਲਈ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਜੀ ਸਾਨੂੰ ਜੀ। ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਜੀ? ਇਹ ਬਹੁਤ ਵਧੀਆ ਹੋਇਆ ਇੱਥੇ ਸਰਦੂਗੜ੍ਹ ਦੇ ਵਿੱਚ ਜੀ, ਗੋਲਡਨ ਸਿਨੇਮਾ ਆਉਣ ਤੋਂ ਆਉਣ 'ਤੇ ਸਾਨੂੰ ਪਹਿਲਾਂ ਬਹੁਤ ਬਹੁਤ ਖੁਸ਼ੀ ਹੈ ਵੀ ਆਇਆ ਲੋਕ ਇੱਥੇ। ਪਹਿਲਾਂ ਇੱਥੇ ਸਿਕੰਦਰਪੁਰਾ ਜਾਣਾ ਪੈਂਦਾ ਸੀ ਸਾਨੂੰ ਇੱਥੇ, ਹੁਣ ਸਾਨੂੰ ਇੱਥੇ ਸਰਦੂਗੜ੍ਹ ਦੇ ਵਿੱਚ ਹੀ ਇਹ ਮੌਕਾ ਮਿਲੂ, ਸਹੂਲਤ ਮਿਲੂਗੀ, ਅਤੇ ਲੋਕ ਬਹੁਤ ਖੁਸ਼ ਹੈ ਏਰੀਏ ਦੇ ਇੱਥੇ ਆ ਕੇ। ਠੀਕ ਹੈ ਜੀ, ਥੈਂਕ ਯੂ। ਹਾਂਜੀ, ਜੋ ਇੱਥੇ ਲੋਕਲ ਸਿਨੇਮਾ ਇਹ ਮਿਲਿਆ ਆਪਾਂ ਨੂੰ, ਇੱਕ ਦੀਵਾਲੀ ਦਾ ਗਿਫਟ ਆਪਾਂ ਕਹਿ ਸਕਦੇ ਹਾਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸਹੂਲਤ ਮਿਲੀ? ਸਾਨੂੰ ਬਹੁਤ ਸਹੂਲਤ ਹੋਈ ਹੈ ਜੀ, ਸਾਨੂੰ ਪਹਿਲਾਂ ਬਹੁਤ ਦੂਰ ਜਾਣਾ ਪੈਂਦਾ ਸੀ, ਹੁਣ ਇੱਥੇ ਨਜ਼ਦੀਕ ਖੁੱਲ੍ਹ ਗਿਆ, ਬਹੁਤ ਵਧੀਆ ਜੀ, ਇੱਥੇ ਇੰਜੋਏ ਹੋ ਜਾਏਗਾ। ਹੁਣ ਪਹਿਲਾਂ ਬਹੁਤ ਦੂਰ ਜਾਣਾ ਪੈਂਦਾ ਸੀਗਾ, ਇੱਥੇ ਠੀਕ ਆ, ਵਧੀਆ ਇੱਥੇ ਜੀ। ਤੁਸੀਂ ਕੀ ਸਮਝਦੇ ਹੋ ਕਿ ਇੱਥੇ ਇਸ ਚੀਜ਼ ਦੀ ਰਿਕੁਆਇਰਮੈਂਟ ਸੀ? ਹਾਂਜੀ, ਹੈਗੀ ਸੀ, ਇੱਥੇ ਬਹੁਤ ਸਾਰੇ ਬਹੁਤ ਆਪਣੇ ਵਿਲੇਜ ਲੱਗਦੇ, ਇੱਥੇ ਸਾਰਿਆਂ ਨੂੰ ਬਹੁਤ ਦੂਰ ਜਾਣਾ ਪੈਂਦਾ, ਇੱਥੇ ਹੁਣ ਠੀਕ ਹੈ, ਨਜ਼ਦੀਕ ਖੁੱਲ੍ਹ ਗਿਆ, ਬਹੁਤ ਵਧੀਆ। ਇਹ ਬਹੁਤ ਵਧੀਆ ਕੰਮ ਕੀਤਾ ਹੈ, ਜੇ ਸਾਡੇ ਸਮਾਜ ਨੂੰ ਇਹਦੀ ਲੋੜ ਸੀ, ਇੱਥੇ ਏਰੀਏ ਨੂੰ ਬਹੁਤ ਵੱਡੀ ਲੋੜ ਸੀ। ਇਹਦੇ ਨਾਲ ਪਹਿਲਾਂ OHM ਸਿਰਸਾ ਜਾਣਾ ਪੈਂਦਾ ਸੀ, ਜਿਹਦੇ ਨਾਲ ਲਾ ਲਓ ਕਿ ਟਰਾਂਸਪੋਰਟੇਸ਼ਨ ਪੈਂਦੀ ਸੀ, ਰਿਸਕ ਵੀ ਰਹਿੰਦਾ ਸੀ ਰਸਤੇ ਦੇ ਵਿੱਚ। ਇਹ ਨਜ਼ਦੀਕ ਹੈ, ਇਹਨੂੰ ਕਾਫੀ ਏਰੀਆ ਪੈ ਜਾਂਦਾ, ਲਾ ਲਓ ਕਿ ਵੀ ਇਹ ਬਹੁਤ ਵੱਡਾ ਕਦਮ ਹੈ ਜਿਹਦੀ ਸਾਡੇ ਏਰੀਏ ਨੂੰ ਬਹੁਤ ਵੱਡੀ ਲੋੜ ਸੀ ਇਹਦੀ।
ਅਤੇ ਇਹ ਬਹੁਤ ਵਧੀਆ ਕੰਮ ਕੀਤਾ। ਲੋਕਲ ਇੱਥੇ ਸਿਨੇਮਾ ਖੁੱਲ੍ਹਿਆ ਸਰੂਰਗੜ੍ਹ, ਉਹਦੀ ਤੁਸੀਂ ਕੀ ਮੰਨਦੇ ਹੋ, ਕੀ ਸਹੂਲਤ ਹੋਈ ਆਪਾਂ ਨੂੰ? ਸਰ ਇੱਕ ਤਾਂ ਇਹ ਬਹੁਤ ਨੇੜੇ ਪੈ ਗਿਆ ਸਾਨੂੰ, ਸਾਨੂੰ ਦੂਰ ਪੈਂਦਾ ਸੀਗਾ, ਕਈ ਵਾਰ ਦੂਰ ਕਰਕੇ ਜਾ ਵੀ ਨਹੀਂ ਹੁੰਦਾ ਸੀਗਾ, ਸਾਡੇ ਕੋਲ ਟਾਈਮ ਨਹੀਂ ਹੁੰਦਾ ਸੀ ਇੱਥੇ, ਟਾਈਮ ਦੀ ਬਹੁਤ ਬੱਚਤ ਹੋ ਗਈ ਸਾਡੀ ਇੱਥੇ। ਹਾਂਜੀ, ਅਤੇ ਸਾਰੇ ਪੱਖੋਂ ਵਧੀਆ ਹੈ, ਬਹੁਤ ਵਧੀਆ ਸਿਨੇਮਾ। ਹਾਂਜੀ ਸਰ, ਇਹ ਬੜਾ ਵਧੀਆ ਹੈ ਸਾਡੇ ਸਾਰੇ ਇਲਾਕਾ ਵਾਸੀਆਂ ਵਾਸਤੇ। ਸਾਨੂੰ ਸਰਦੂਲਗੜ੍ਹ ਬਠਿੰਡਾ ਮਤਲਬ ਦੂਰ ਜਾਣਾ ਪੈਂਦਾ ਸੀਗਾ, ਜਿਹਦੇ ਨਾਲ ਸਾਡਾ ਜਿਹੜਾ ਆਉਣ ਜਾਣ ਦਾ ਜਿਹੜਾ ਕਿਰਾਇਆ ਹੈ, ਖਰਚਾ, ਉਹ ਬੱਚਤ ਹੋ ਗਈ। ਬਾਕੀ ਸਾਨੂੰ ਨੇੜੇ ਜਿਹੜੀ ਸਹੂਲਤ ਮਿਲੀ ਹੈ ਬਹੁਤ ਵਧੀਆ ਮਿਲੀ ਹੈ, ਅਤੇ ਉਮੀਦ ਕਰਦਾ ਵੀ ਜਿਹੜੇ ਸਾਡੇ ਇਲਾਕਾ ਵਾਸੀ ਨੇ ਸਰਦੂਲਗੜ੍ਹ ਦੇ ਜਾਂ ਸਰਦੂਲਗੜ੍ਹ ਦੇ ਨਾਲ ਜਿਹੜੇ 84 ਜਿੰਨੇ ਵੀ ਪਿੰਡ ਪੈਂਦੇ ਨੇ, ਉਹਨਾਂ ਸਾਰਿਆਂ ਲਈ ਕੇਸਰ ਬਹੁਤ ਵਧੀਆ ਮਾਡਰਨ ਚੀਜ਼ ਪੇਸ਼ ਕੀਤੀ ਹੈ। ਮੈਂ ਅਰੋੜਾ ਪਰਿਵਾਰ ਨੂੰ, ਉੱਪਲ ਪਰਿਵਾਰ ਨੂੰ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜੀ। ਹਾਂਜੀ, ਲੋਕਲ ਜੋ ਸ਼ਹਿਰ ਵਾਸੀਆਂ ਨੂੰ ਸਿਨੇਮੇ ਰੂਪ ਵਿੱਚ ਇੱਕ ਤੋਹਫਾ ਮਿਲਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਲੋਕਲ ਸ਼ਹਿਰ ਵਾਸੀਆਂ ਨੂੰ ਅਤੇ ਬਾਕੀ ਜੋ ਪਿੰਡ ਦੇ ਪਿੰਡ ਨਾਲ ਪੈਂਦੇ ਆ ਇਹਦੇ ਜਿੰਨੇ ਵੀ ਸਟੂਡੈਂਟ ਨੇ ਜਾਂ ਆਮ ਲੋਕ ਨੇ, ਉਹਨਾਂ ਨੂੰ ਤਕਰੀਬਨ 30 ਕਿਲੋਮੀਟਰ ਜ਼ਿਆਦਾ ਸਰਸਾ ਜਾਣਾ ਪੈਂਦਾ ਸੀ ਜਾਂ 60-70 ਕਿਲੋਮੀਟਰ ਬਠਿੰਡਾ ਜਾਣਾ ਪੈਂਦਾ ਸੀ, ਦੂਰ ਪੈਂਦਾ ਸੀ ਅਤੇ ਟਾਈਮ ਵੀ ਬਹੁਤ ਖਰਾਬ ਹੁੰਦਾ ਸੀ, ਬੱਚਿਆਂ ਦਾ ਵੀ ਲਾ ਲਓ ਅਤੇ ਆਮ ਜਿਹੜੇ ਲੋਕ ਦੇਖਦੇ ਆ ਪਿਕਚਰ ਵਗੈਰਾ ਉਹਨਾਂ ਨੂੰ ਵੀ। ਇਹ ਜਿੰਨਾ ਵੀ ਸਾਨੂੰ ਨੇੜੇ ਹੋਇਆ ਟਾਈਮ ਦੀ ਬੱਚਤ ਹੋਈ ਅਤੇ ਬੱਚਿਆਂ ਨੂੰ ਬਹੁਤ ਵਧੀਆ ਇਹ ਸਿਨੇਮਾ ਜੋ ਮਿਲਿਆ ਹੈ, ਅਤੇ ਸਾਰੇ ਹੀ ਸਿਨੇਮਾ ਗਰੁੱਪ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਜੋ ਇਹਨਾਂ ਨੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਹੈਗਾ।